ਬਹੁਤ ਫਨੀ ਲੱਗ ਰਿਹਾ ਇਹਨੂੰ। ਗਰਮੀਆਂ ਸ਼ੁਰੂ ਹੋ ਚੁੱਕੇ ਨੇ, ਦਿਨ ਲੰਬੇ ਹੋ ਗਏ ਨੇ, ਜਿਹਨਾਂ ਨੂੰ ਵੀ ਆਈਜ਼ ਵਿੱਚ ਪ੍ਰੋਬਲਮ ਰਹਿੰਦੀ ਹੈ, ਫੋਰ ਐਗਜ਼ਾਮਪਲ ਆਈਜ਼ ਵਿੱਚ ਇਰੀਟੇਸ਼ਨ ਹੋਣਾ, ਆਈ ਦਾ ਰੈਡਨੈਸ ਹੋਣਾ, ਆਈ ਵਿੱਚ ਸਟ੍ਰੈਸ ਰਹਿਣਾ, ਆਈ ਦੀ ਡਰਾਈਨੈਸ ਹੋਣਾ, ਇਹ ਸਭ ਪ੍ਰੋਬਲਮ ਦਾ ਇੱਕ ਸਿੰਪਲ ਸੋਲੂਸ਼ਨ ਹੈ, ਬਹੁਤ ਹੀ ਇੰਸਟੈਂਟ ਸੋਲੂਸ਼ਨ। ਦਿਸ ਇਜ਼ ਜੈਲ ਆਈ ਮਾਸਕ, ਦੀ ਕੀਮਤ ਸਿਰਫ 200 ਰੁਪਇਆ ਜਾਂ ਉਸ ਤੋਂ ਵੀ ਘੱਟ ਹੋਊਗੀ। ਤੁਸੀਂ ਇਹਨੂੰ ਆਨਲਾਈਨ ਜਾਂ ਕਿਸੇ ਲੋਕਲ ਸਟੋਰ ਤੋਂ ਬਾਏ ਕਰਨਾ ਚਾਹੁੰਦੇ ਹੋ, ਇਹਨੂੰ ਯੂਜ਼ ਕਿਵੇਂ ਕਰਨਾ, ਇਸ ਪਹਿਲਾਂ ਅਸੀਂ ਗੱਲ ਕਰਾਂਗੇ ਪ੍ਰੋਬਲਮਸ ਆਪਣੋ ਆਈਜ਼ ਵਿੱਚ ਹੁੰਦੀਆਂ ਕਿਉਂ ਨੇ। ਨੰਬਰ 1, ਆਈ ਡਰਾਈਨੈਸ, ਆਪਾਂ ਕੋਈ ਕੰਮ ਕਰ ਰਹੇ ਹਾਂ ਬਹੁਤ ਲੰਬੇ ਆਰਸ ਵਾਸਤੇ ਵਿਦਆਊਟ ਬਲਿੰਕਿੰਗ ਆਈਜ਼, ਫੋਰ ਐਗਜ਼ਾਮਪਲ ਡਰਾਈਵਿੰਗ ਕਰ ਰਹੇ ਹਾਂ ਜਾਂ ਅਸੀਂ ਵੀਡੀਓ ਗੇਮ ਖੇਡ ਰਹੇ ਹਾਂ, ਅਸੀਂ ਆਈਜ਼ ਨੂੰ ਬਲਿੰਕ ਕਰਨਾ ਭੁੱਲ ਜਾਂਦੇ ਹਾਂ। ਨੰਬਰ 2, ਆਪਾਂ ਕੋਈ ਡਿਮ ਲਾਈਟ ਦੇ ਵਿੱਚ ਕੋਈ ਸਕਰੀਨ, ਲੈਪਟਾਪ, ਟੀਵੀ ਯੂਜ਼ ਕਰ ਰਹੇ ਹਾਂ, ਉੱਥੇ ਇਰੀਟੇਸ਼ਨ ਜਾਂ ਰੈਡਨੈਸ ਆਉਂਦੀ ਆਪਣੀ ਆਈਜ਼ ਵਿੱਚ। ਨੰਬਰ 3, ਆਈਜ਼ ਵਿੱਚ ਸਟ੍ਰੈਸ ਹੋਣਾ, ਨੀਂਦ ਨਹੀਂ ਆ ਰਹੀ, ਕੋਈ ਸਟ੍ਰੈਸ ਹੈ, ਕੋਈ ਟੈਨਸ਼ਨ ਹੈ, ਦਿਨ ਬਹੁਤ ਲੰਬਾ ਸੀਗਾ। ਸੋ ਇਸ ਸਭ ਪ੍ਰੋਬਲਮ ਦਾ ਸਿੰਪਲ ਸੋਲੂਸ਼ਨ ਮੈਂ ਤੁਹਾਨੂੰ ਦਿੰਦਾ। ਰੈਫ੍ਰਿਜਰੇਟਰ ਵਿੱਚ 30 ਮਿੰਟ ਰੱਖਣ ਤੋਂ ਬਾਅਦ ਅਸੀਂ ਇਸ ਤਰੀਕੇ ਨਾਲ ਆਪਣੀ ਆਈਜ਼ 'ਤੇ 10 ਮਿੰਟ ਵਾਸਤੇ ਰੱਖਾਂਗੇ, ਆਪਣੀ ਆਈਜ਼ ਨੂੰ ਇੰਸਟੈਂਟਲੀ ਬਹੁਤ ਵਧੀਆ ਰਿਲੀਫ ਮਿਲੂਗਾ, ਤੁਹਾਡੀਆਂ ਆਈਜ਼ ਬਹੁਤ ਫਰੈਸ਼ ਐਂਡ ਲਾਈਟ ਫੀਲ ਕਰਨਗੀਆਂ। ਬੈਸਟ ਟਾਈਮ ਯੂਜ਼ ਕਰਨ ਦਾ ਕਿਹੜਾ, ਰਾਤ ਨੂੰ ਸੌਣ ਤੋਂ ਪਹਿਲਾਂ। ਇੱਕ ਗੱਲ ਦਾ ਖਾਸ ਧਿਆਨ ਰੱਖਿਓ, ਜਿਹੜੇ ਫੈਮਿਲੀ 'ਚ ਰਹਿੰਦੇ ਨੇ, ਤੁਸੀਂ ਇੱਕ ਵਾਰੀ ਯੂਜ਼ ਕਰਨ ਤੋਂ ਬਾਅਦ ਇਹਨੂੰ ਸਿੰਪਲ ਪਾਣੀ ਨਾਲ ਵਾਸ਼ ਕਰਨਾ, ਦੈਨ ਰੱਖੋਗੇ ਕਿਸੇ ਹੋਰ ਦੇ ਯੂਜ਼ ਕਰਨ ਵਾਸਤੇ, ਬਿਕੋਜ਼ ਆਈ ਡੋਂਟ ਵਾਂਟ ਤੁਸੀਂ ਆਪਣੀ ਆਈ ਇਨਫੈਕਸ਼ਨ ਨੂੰ ਕਿਸੇ ਹੋਰ ਨੂੰ ਟ੍ਰਾਂਸਫਰ ਕਰ ਦਿਓ। ਰੀਲ ਨੂੰ ਲਾਈਕ ਜ਼ਰੂਰ ਕਰਿਓ ਐਂਡ ਆਪਣੇ ਫਰੈਂਡਸ ਨਾਲ ਸ਼ੇਅਰ ਕਰਨਾ ਨਾ ਭੁੱਲਿਓ, ਉਹਨਾਂ ਨੂੰ ਵੀ ਬਹੁਤ ਲੋੜ ਹੈ ਸਟੈਪਸ ਦੀ। ਮੇਕ ਸ਼ੋਰ ਯੂ ਗਾਇਜ਼ ਫੋਲੋ ਮੀ ਰਾਈਟ ਨਾਓ, ਆਪਾਂ ਨੈਕਸਟ ਵੀਕ ਲੈ ਕੇ ਆ ਰਹੇ ਹਾਂ ਬਹੁਤ ਕਮਾਲ ਦੀ, ਉਹ ਵੇਖਣਾ ਨਾ ਭੁੱਲਿਓ। ਸਤਿ ਸ਼੍ਰੀ ਅਕਾਲ।